ਜ਼ਮੀਂ ਪੇ ਉੱਥੇ ਤਖਤ ਔਰ ਇੱਥੇ ਫਿਜ਼ਾ ਦੀ ਗੌਰ ਕਰੋ ਜ਼ਮੀਂ ਪੇ ਖੈਰਾਤ ਕਿਸੇ ਟਾਈਮ ਹੀ ਮਿਲ ਸਕਦੀ ਹੈ ਮਾਲਕ ਰਾਜ਼ੀ ਹੋਵੇ ਅਲਹਮਦੁਲਿਲਾ ਚੁਕੇ ਨਹਿਜੁਲ ਬਲਾਗਾ ਵਾਲੇ ਖਾਨਦਾਨ ਦੇ ਘਰ ਵਿੱਚ ਪਈ ਰਾਤੀ ਆਈ ਤਾਂ ਲਫ਼ਜ਼ ਵੀ ਕਮਜ਼ੋਰ ਨਹੀਂ ਲਫ਼ਜ਼ ਵੀ ਕਮਾਲ ਹੈ ਪਾਕ ਫਿਜ਼ਾ ਪੈ ਫਰਮੇ ਦਿਲ ਜ਼ਮੀਂ ਪੇ ਚੁਕੇ ਜੰਗ ਅਦਬ ਸੁਣਦਾ ਹੈ ਇੱਥੇ ਤਾਂ ਪੂਰਾ ਮੁਲਕ ਇਕੱਠਾ ਹੈ ਮਲੰਗਾ ਮਵਾਲੀਓ ਇੱਕ ਔਰਤ ਆਦੀ ਏ ਫਿਜ਼ਾ ਜਿਹੜਾ ਕੁਝ ਹੀ ਹੋਵੇ ਆਪਣੀ ਹਕੂਮਤ ਆਪਣੀ ਹੁੰਦੀ ਹੈ ਕਿਸੇ ਦੀ ਕਨੀਜ਼ੀ ਹੁੰਦੀ ਤਾਂ ਨੌਕਰੀ ਏ ਉਹ ਬਖਤ ਵੇਖ ਉੱਥੇ ਹੁਕਮ ਚੱਲਦਿਆਂ ਨੀ ਉੱਥੇ ਤਖਤ ਆਈ ਇੱਥੇ ਕਦੀ ਬਰਤਨ ਕਦੀ ਝਾੜੂ ਕੁਰਾਨ ਦੀ ਕਸਮ ਏ ਕੋਈ ਆਮ ਬੀਬੀ ਆਉਂਦੀ ਤਾਂ ਠੱਡੇ ਸਾਹ ਭਰੇ ਦੀ ਤੇ ਹਾਂ ਨਾਲ ਹਾਂ ਮਿਲੇ ਦੀ ਜਲਾਲ ਆ ਗਿਆ ਅਜੇ ਖਬਰਦਾਰ ਉਹ ਮਿੰਬਰ ਉਹ ਤਖਤ ਔਰ ਇਹ ਝਾੜੂ ਇਸ ਨੂੰ ਮਿਲੇਂਦੀਆਂ ਪਈਓ ਆਦਿਆਂ ਤੇ ਕੀ ਕਰੂੰ ਫਿਜ਼ਾ ਦੇ ਨਹੀਂ ਨਹੀਂ ਫਕਤ ਝਾੜੂ ਨਹੀਂ ਨਾਲ ਇਹ ਵੀ ਤਾਂ ਵੇਖੋ ਹਸਨ ਹੁਸੈਨ ਕਜੁਲਾ ਜੁਲਾਤੀ ਰਹੀ ਮੇਰਾ ਕਰੀ ਮੋਹਲਾ ਤੇਰਾ ਲੱਖੇ ਸਾਂ ਪਹਿਲੀ ਸਤਰ ਤੇ ਇਤਨੀ ਦੁਆ ਦੇ ਛੋੜੀ ਵੇ ਤਾਂ ਅਗਲੀ ਸਤਰ ਵਾਸਤੇ ਤੁਹਾਨੂੰ ਮਜ਼ੀਦ ਅਜ਼ਹਾਨ ਤਿਆਰ ਕਰਨੇ ਪੋਸਲ ਮਾਲਿਕ ਸਲਾਮਤ ਰੱਖੇ ਇਸ ਇਲਾਕੇ ਵਾਲਿਓ ਸਤਰ ਇਤਨੀ ਕੀਮਤੀ ਹੈ ਸਲੀਮ ਸਨੇ ਬਾਅਦ ਵਿੱਚ ਇਹ ਸ਼ੇਰ ਮੈਨੂੰ ਪੜ੍ਹਨ ਦਿਓ ਸਿਰ ਚਾਓ ਹਬਸ਼ਤੀ ਮਲਕਾ ਅਖੀਰ ਚ ਕੀਤੀ ਕਮਾਲ ਚ ਕੀਤੀ ਔਰ ਤੁਹਾਨੂੰ ਆਦੀ ਫਕਤ ਬਰਤਨ ਫਕਤ ਝਾੜੂ ਬਿਲਕੁਲ ਨਹੀਂ ਨਾਲ ਇਹ ਕਰੀਮੀਆਂ ਵੀ ਵੇਖੋ ਹਸਨ ਹੁਸੈਨ ਕਜੁਲਾ ਕਭੀ ਜੁਲਾਤੀ ਰਹੀ ਹਸਨ ਹੁਸੈਨ ਕਜੁਲਾ ਅਗਲੀ ਸਫਰ ਦੀ ਪਰਵਾਜ਼ ਵੇਖੇ ਜੁਲਾਤੀ ਰਹੀ ਹਸਨ ਹੁਸੈਨ ਕਜੁਲਾ ਕਭੀ ਜੁਲਾ ਜ਼ਿੰਦਗੀ ਹੋਵੇ ਜ਼ਿੰਦਗੀ ਹੋਵੇ ਅਲਹਮਦੁਲਿਲਾ ਕਿਆ ਕੈਫੀਅਤ ਬਣ ਗਈ ਹੈ ਬਾਈ ਲੱਭਾ ਤੇ ਵਾਹ ਵਾਹ ਵੀ ਹੈ ਬਾਬਾ ਜੀ ਅੱਖਾਂ ਦਾ ਵਜ਼ੂ ਵੀ ਹੈ ਇਹ ਬੜੀ ਘੱਟ ਮੈਂ 36-37 ਸਾਲਾ ਸਰਵਿਸ ਵਿੱਚ ਇਹ ਕੈਫੀਅਤ ਮੈਂ ਡਿੱਠੀ ਹੈ ਇਹ ਅਖੀਰ ਆਉਂਦੀ ਹੈ ਫਜ਼ੈਲ ਦੀ ਇਹ ਫਜ਼ੈਲ ਦਾ ਐਂਡ ਆਉਂਦਾ ਹੈ ਤੇ ਮੈਂ ਹੋਰ ਕੀ ਜਾਣਾ ਮੁਤਮੈਨ ਹੋ ਗਿਆ ਮਾਲਕਾਂ ਦੀ ਅਥਾ ਹੋ ਗਈ ਜਨਾਬੇ ਫਿਜ਼ਾ ਪੈ ਫਰਮੇ ਦਿਲ ਹਸਨ ਹੁਸੈਨ ਕਜੁਲਾ ਕਭੀ ਜੁਲਾਤੀ ਰਹੀ ਮੈਂ ਆਪਣੀ ਗੋਦ ਮੇਂ ਜ਼ੈਨਬ ਕੋ ਭੀ ਸੁਲਾਤੀ ਰਹੀ
کون سا بالا کیفیت ویکو بابا بسم اللہ حسن حسین نک جلا کبھی جلاتی رہی میں اپنی گود میں زینب کو بھی سلا جڑی کیفیت بن گئی ہے اگلے شیر دی ضرورت تو کوئی نہیں لیکن اگلے شیر دا اینڈ او دا نتیجہ ہاں چونکہ تسا سنا ہوا ہے اور مومنین بھی وچ کافی بیٹھے جنہیں سنا ہے انہوں نے پتا ہے کہ چھوڑن والا شیر نہیں اب اس دی ملکہ دے منہ چوں ایک بات نکلی جڑی عقیدے دی معراج ہے پاک فضا پیا دل قسم خدا کی زمانوں سے کامیاب میں قسم خدا کی زمانوں سے کامیاب میں جو منتخب ہے نبیوں سے جنت کی بابا جی میں